ਅੱਜ ਕੱਲ੍ਹ ਦੋਸਤੋ ਦਰਸ਼ਕੋ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਡਾਕਟਰ ਦਵਿੰਦਰ ਸਿੰਘ ਸ਼ੀਨਾ ਆਪਣੇ ਨਾਲ ਬੁਲਗੇਰੀਅਨ ਡੈਲੀਗੇਸ਼ਨ ਕਲਚਰਲ ਐਕਸਚੇਂਜ ਪ੍ਰੋਗਰਾਮ ਦੇ ਅਧੀਨ ਸਾਡੇ ਖਾਲਸਾ ਇੰਸਟੀਟਿਊਸ਼ਨਸ ਦੇ ਵਿੱਚ ਲੈ ਕੇ ਆਏ ਸਨ, ਜਿੱਥੇ ਇਸ ਗਰੁੱਪ ਨੇ ਅਲੱਗ ਅਲੱਗ ਇੰਸਟੀਟਿਊਸ਼ਨਸ ਦੇ ਵਿੱਚ ਆਪਣੇ ਕਲਚਰ ਨੂੰ ਸ਼ੋਅ ਕੀਤਾ ਅਤੇ ਸਾਡੇ ਨਾਲ ਆਪਣਾ ਕਲਚਰ ਐਕਸਚੇਂਜ ਕੀਤਾ। ਉੱਥੇ ਹੀ ਇਹਨਾਂ ਨੇ ਖਾਲਸਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਵੀ ਆਪਣੀ ਹਾਜ਼ਰੀ ਜਿਹੜੀ ਲਵਾਈ, ਜਿੱਥੇ ਸਾਡੀਆਂ ਬੱਚੀਆਂ ਨੇ ਬਹੁਤ ਸੋਹਣਾ ਜਿਹੜਾ ਪ੍ਰੋਗਰਾਮ ਆ ਉਹਨਾਂ ਦੇ ਸਨਮੁੱਖ ਰੱਖਿਆ, ਸਾਡਾ ਕਲਚਰ ਉਹਨਾਂ ਦੇ ਸਾਹਮਣੇ ਰੱਖਿਆ ਅਤੇ ਉਹਨਾਂ ਦੇ ਨਾਲ ਆਪਣਾ ਕਲਚਰ ਜਿਹੜਾ ਸੀ ਵਟਾਇਆ। ਮੈਡਮ ਪੁਨੀਤ ਰਾਗਪਾਲ ਜੀ ਪ੍ਰਿੰਸੀਪਲ ਜਿਹੜੇ ਨੇ ਖਾਲਸਾ ਗਰਲਜ਼ ਸਕੂਲ ਦੇ, ਉਹਨਾਂ ਨੇ ਬਹੁਤ ਹੀ ਵਧੀਆ ਇੰਤਜ਼ਾਮ ਕੀਤੇ ਹੋਏ ਸਨ, ਸਾਰੇ ਸਟਾਫ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਇਸ ਪ੍ਰੋਗਰਾਮ ਨੂੰ ਅਰੇਂਜ ਕੀਤਾ ਹੋਇਆ ਸੀ ਅਤੇ ਅਸੀਂ ਡਾਕਟਰ ਦਵਿੰਦਰ ਸਿੰਘ ਸ਼ੀਨਾ ਨਾਲ ਵੀ ਇਹਦੇ ਬਾਰੇ ਗੱਲਬਾਤ ਕੀਤੀ। ਸੋ ਚਲੋ ਲੈ ਕੇ ਚੱਲਦੇ ਹਾਂ ਤੁਹਾਨੂੰ ਖਾਲਸਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ। ਦਰਸ਼ਕੋ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਡਾਕਟਰ ਦਵਿੰਦਰ ਸਿੰਘ ਸ਼ੀਨਾ ਹਰ ਵਾਰ ਕਲਚਰਲ ਐਕਸਚੇਂਜ ਪ੍ਰੋਗਰਾਮ ਜਿਹੜਾ ਕਰਵਾਉਂਦੇ ਨੇ ਅਤੇ ਹਰ ਸਾਲ ਨਵੀਂ ਕੰਟਰੀ ਤੋਂ ਇੱਕ ਨਵੀਂ ਟੀਮ ਲੈ ਕੇ ਆਉਂਦੀ ਹੈ, ਜਿਹਨਾਂ ਦਾ ਅਸੀਂ ਕਲਚਰ ਜਿਹੜਾ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਅਸੀਂ ਉਹਨਾਂ ਨੂੰ ਆਪਣਾ ਕਲਚਰ ਦਿਖਾਉਣ ਦੀ ਵੀ ਕੋਸ਼ਿਸ਼ ਕਰਦੇ ਹਾਂ। ਸੋ ਮੇਰੇ ਨਾਲ ਨੇ ਡਾਕਟਰ ਸਾਹਿਬ ਅਤੇ ਸਰ, ਸਭ ਤੋਂ ਪਹਿਲਾਂ ਤਾਂ ਸਵਾਗਤ ਹੈ KCGC TV 'ਤੇ, ਅਤੇ ਸਾਨੂੰ ਦੱਸੋ ਕਿ ਕਿੰਨਾ ਕੁ ਇੰਪੋਰਟੈਂਟ ਹੈ ਇਹ ਸਾਰਾ ਕਲਚਰਲ ਐਕਸਚੇਂਜ ਪ੍ਰੋਗਰਾਮ, ਅਤੇ ਤੁਸੀਂ ਕਿੰਨੀਆਂ ਕੁ ਕੰਟਰੀਜ਼ ਜਿਹੜੀਆਂ ਨੇ ਅੱਜ ਤੱਕ ਲੈ ਕੇ ਆ ਚੁੱਕੇ ਹੋ, ਅਤੇ ਸਾਨੂੰ ਇਹਨਾਂ ਸਾਰਿਆਂ ਦੇ ਨਾਮ ਵੀ ਜ਼ਰੂਰ ਦੱਸੋ। ਓਕੇ, KCGC TV ਵੇਖ ਰਹੇ ਸਾਰੇ ਖਾਲਸਾ ਕਾਲਜ ਦੇ ਦੁਨੀਆ ਭਰ 'ਚ ਵਸੇ ਲਿਮਨੀ ਭੈਣੋ ਅਤੇ ਭਰਾਓ, ਅਤੇ ਖਾਲਸਾ ਕਾਲਜ ਨਾਲ ਅਥਾਹ ਪਿਆਰ ਕਰਨ ਵਾਲੇ ਸਾਰੇ ਸਤਿਕਾਰਤ ਵਿਦਿਆਰਥੀਓ, ਅਤੇ ਦੁਨੀਆ ਭਰ 'ਚ ਇਸ ਚੈਨਲ ਨੂੰ ਲਾਈਕ ਕਰਨ ਵਾਲੇ
ਸਮੂਹ ਪੰਜਾਬੀ ਹੋ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜਾ ਸਾਡਾ ਦੁਨੀਆ ਦੀਆਂ ਕੌਮਾਂ ਨੂੰ ਅੰਮ੍ਰਿਤਸਰ ਸੱਦਣਾ ਅਤੇ ਦੁਨੀਆ ਦੀਆਂ ਵਿਰਾਸਤਾਂ ਨੂੰ ਵਾਰ ਵਾਰ ਇੱਥੇ ਆਉਣ ਲਈ ਇਨਵਾਈਟ ਕਰਨਾ, ਇਹ ਸਾਡਾ ਮਕਸਦ ਹੈ ਕਿ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਨੂੰ ਨਮਸਕਾਰ, ਗੁਰੂ ਰਾਮਦਾਸ ਜੀ ਦੀ ਪਵਿੱਤਰ ਨਗਰੀ ਨੂੰ ਨਮਸਕਾਰ ਔਰ ਖਾਲਸਾ ਕਾਲਜ ਅੰਮ੍ਰਿਤਸਰ ਦੀ ਮਹਾਨ ਵਿਰਾਸਤ ਨੂੰ ਨਮਸਕਾਰ ਜੀ। ਔਰ ਇਹ ਸਾਡਾ ਉਦੇਸ਼ ਹੈ ਕਿ 131 ਵਰਿਆਂ ਦਾ ਜਿਹੜਾ ਇਤਿਹਾਸਕ ਸਫ਼ਰ ਆਪਣੇ ਵਿੱਚ ਸਮੋਈ ਬੈਠਾ ਖਾਲਸਾ ਕਾਲਜ ਕੈਂਪਸ, ਖਾਲਸਾ ਕਾਲਜ ਮੇਨ ਅੰਮ੍ਰਿਤਸਰ ਅਤੇ ਉਹਦੇ ਨਾਲ ਸਾਰੇ ਖਾਲਸਾ ਕਾਲਜ ਨਾਲ ਸੰਬੰਧਿਤ ਹੋਰ ਸਾਰੇ ਖਾਲਸਾ ਵਿੱਦਿਅਕ ਅਦਾਰੇ। ਇਸ ਇਤਿਹਾਸ ਤੋਂ ਦੁਨੀਆ ਦੀਆਂ ਕੌਮਾਂ ਨੂੰ ਜਾਣੂ ਕਰਾਉਣਾ ਅਤੇ ਇੱਥੇ ਪੜ੍ਹਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਦੁਨੀਆ ਦੀਆਂ ਵਿਰਾਸਤਾਂ ਤੋਂ ਜਾਣੂ ਕਰਾਉਣਾ ਜੀ, ਅਤੇ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਸੰਪਰਕ ਸਾਧ ਕੇ ਉਹਨਾਂ ਨੂੰ ਇੱਥੇ ਸੱਦ ਕੇ ਉਹਨਾਂ ਨੂੰ ਸਿੱਖ ਵਿਰਾਸਤ, ਅੰਮ੍ਰਿਤਸਰ ਦੀ ਮਹਾਨ ਵਿਰਾਸਤ, ਖਾਲਸਾ ਕਾਲਜ ਅੰਮ੍ਰਿਤਸਰ ਦੇ ਹੈਰੀਟੇਜ ਇਹਦੇ ਬਾਰੇ ਜਾਣੂ ਕਰਾਉਣਾ। ਇਹ ਸਾਡੇ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਸਾਡਾ ਜਿਹੜਾ ਮੁੱਖ ਮਕਸਦ ਇਹੀ ਹੈ ਕਿ ਅਸੀਂ ਦੁਨੀਆ ਦੇ ਲੋਕਾਂ ਦੇ ਵਿਰਾਸਤ ਤੋਂ ਜਾਣੂ ਕਰਾ ਸਕੀਏ ਆਪਣੇ ਇੱਥੋਂ ਦੇ ਪੰਜਾਬ ਦੇ ਵਿਦਿਆਰਥੀਆਂ ਨੂੰ, ਅਤੇ ਸਾਡੀ ਵਿਰਾਸਤ ਦਾ ਅਧਿਐਨ ਕਰਕੇ ਐਕਸਪਲੋਰ ਕਰਕੇ ਇਹ ਵਿਦਿਆਰਥੀ, ਇਹ ਆਰਟਿਸਟ ਜਿਵੇਂ ਬੁਲਗਾਰੀਆ ਤੋਂ ਡੈਲੀਗੇਸ਼ਨ ਆਇਆ, ਇਹ ਸਾਡੇ ਅੰਬੈਸਡਰ, ਸਾਡੇ ਰਾਜਦੂਤ ਬਣ ਕੇ ਅੰਮ੍ਰਿਤਸਰ ਦੇ, ਪੰਜਾਬ ਦੇ, ਸਾਡੇ ਦੇਸ਼ ਦੇ, ਖਾਲਸਾ ਕਾਲਜ ਅੰਮ੍ਰਿਤਸਰ ਦੇ, ਖਾਲਸਾ ਕਾਲਜ ਦੀ ਵਿਰਾਸਤ ਦੇ, ਸਾਡੇ ਅਮੀਰ ਸੱਭਿਆਚਾਰ ਦੇ, ਸਿੱਖ ਵਿਰਸੇ ਦੇ, ਇਹ ਸਾਡੇ ਰਾਜਦੂਤ ਬਣ ਕੇ ਦੁਨੀਆ ਵਿੱਚ ਜਾ ਕੇ ਦੁਨੀਆ ਦੇ ਮੀਡੀਏ ਨੂੰ, ਦੁਨੀਆ ਦੇ ਲੋਕਾਂ ਨੂੰ, ਬੁਲਗਾਰੀਆ ਦੇ ਲੋਕਾਂ ਨੂੰ, ਯੂਰੋਪੀਅਨ ਕਮਿਊਨਿਟੀਜ਼ ਨੂੰ ਇਹ ਦੱਸ ਸਕਣ ਕਿ ਪੰਜਾਬੀ ਕਿੰਨੇ ਮਹਾਨ ਆ, ਸਿੱਖ ਕੌਮ ਕਿੱਡੀ ਮਹਾਨ ਕੌਮ ਹੈ, ਸਿੱਖ ਵਿਰਾਸਤ ਕਿੰਨੀ ਅਮੀਰ ਵਿਰਾਸਤ ਆ, ਔਰ ਸਿੱਖਾਂ ਦੀ ਦਸਤਾਰ ਦੀ ਕਿੰਨੀ ਅਹਿਮੀਅਤ ਆ ਵਰਲਡ ਪੀਸ ਦੇ ਕੰਟੈਕਸਟ ਵਿੱਚ ਅਤੇ ਸਿੱਖਾਂ ਦੀ ਆਈਡੈਂਟੀ ਦੇ ਕੰਟੈਕਸਟ ਵਿੱਚ ਇਹਦੇ ਬਾਰੇ, ਅਤੇ ਖਾਲਸਾ ਕਾਲਜ ਦੀ ਵਿਰਾਸਤ ਦੀ ਹਿਸਟੋਰੀਕਲ ਜਿਹੜੀ ਇੰਪੋਰਟੈਂਸ ਹੈ 131 ਵਰਿਆਂ ਦੀ, ਔਰ ਇਹਦੇ ਬਾਰੇ ਦੁਨੀਆ ਦੇ ਲੋਕਾਂ ਨੂੰ ਇਹ ਜਾ ਕੇ ਅੰਬੈਸਡਰ ਬਣ ਕੇ ਦੱਸ ਸਕਣ ਮੀਡੀਆ 'ਚ। ਔਰ ਗੁਰੂ ਰਾਮਦਾਸ ਜੀ ਦੀ ਇਸ ਪਵਿੱਤਰ ਨਗਰੀ 'ਤੇ ਸਾਡਾ ਮੁੱਖ ਮਕਸਦ ਸੱਦਣ ਦਾ ਇਹੀ ਹੈ ਕਿ ਇਹਨਾਂ ਸਾਰਿਆਂ ਨੂੰ ਲੈ ਕੇ ਅਸੀਂ ਨਾਲ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਹਮੇਸ਼ਾ ਹੀ ਜਾਂਦੇ, ਅੱਜ ਵੀ ਜਾ ਰਹੇ ਹਾਂ ਜੀ। ਅਸੀਂ ਨਤਮਸਤਕ ਹੋਣਾ, ਗੁਰੂ ਸਾਹਿਬ ਦੇ ਚਰਨਾਂ 'ਚ ਜਾ ਕੇ ਬਹਿਣਾ, ਉਹਨਾਂ ਦੇ ਅੱਗੇ ਸੀਸ ਨਿਵਾਉਣਾ, ਉਹਨਾਂ ਤੋਂ ਸ਼ਕਤੀ ਲੈਂਦੇ ਹਾਂ, ਉਹਨਾਂ ਦੀ ਸ਼ਕਤੀ ਨਾਲ ਹੀ ਸਾਰਾ ਕੁਛ ਵਾਪਰ ਰਿਹਾ ਹੈ। ਜਿਹੜੇ ਅੰਤਰਰਾਸ਼ਟਰੀ ਪੱਧਰ ਦੇ ਵਿੱਦਿਅਕ ਅਤੇ ਸੱਭਿਆਚਾਰਕ ਆਦਾਨ ਪ੍ਰਦਾਨ ਖਾਲਸਾ ਕਾਲਜ ਦੀ ਮਹਾਨ ਵਿਰਾਸਤ 'ਚ ਪਿਛਲੇ 2 ਦਹਾਕਿਆਂ ਤੋਂ ਜਿਹੜੇ ਹੋ ਰਿਹਾ, ਇਹ ਸਾਰੇ ਗੁਰੂ ਰਾਮਦਾਸ ਜੀ ਦੀ ਅਪਾਰ ਬਖਸ਼ਿਸ਼ ਨਾਲ ਹੀ ਹੋ ਰਿਹਾ ਜੀ ਜੀ। ਉਹਨਾਂ ਦੇ ਹੀ ਆਸ਼ੀਰਵਾਦ ਬਿਨਾਂ ਇਹ ਸੰਭਵ ਕਦੇ ਵੀ ਨਹੀਂ ਸੀ ਅਤੇ ਕਦੇ ਵੀ ਨਹੀਂ ਹੋਵੇਗਾ। ਉਹਨਾਂ ਦੇ ਆਸ਼ੀਰਵਾਦ ਕਰਕੇ ਹੀ ਇਹ ਦੁਨੀਆ ਦੀਆਂ ਕੌਮਾਂ ਦੇ ਲੋਕ ਐਡੀ ਐਡੀ ਦੂਰ ਆਉਂਦੇ ਆ, ਸਾਡੇ ਕੋਲ ਮੈਕਸੀਕੋ ਤੋਂ, ਸਾਡੇ ਕੋਲ ਅਰਜਨਟੀਨਾ ਤੋਂ, ਸਾਡੇ ਕੋਲ ਕੋਸਟਾ ਰੀਕਾ ਤੋਂ, ਸਾਡੇ ਕੋਲ ਸਾਰੇ ਯੂਰੋਪੀਅਨ ਨੇਸ਼ਨ ਤੋਂ, ਸਾਡੇ ਕੋਲ ਕੈਨੇਡਾ ਤੋਂ, ਸਾਡੇ ਕੋਲ USA ਤੋਂ, ਬਲਗਾਰੀਆ ਤੋਂ, ਸਾਡੇ ਕੋਲ ਬਹੁਤ ਸਾਰੀਆਂ ਕੌਮਾਂ ਦੇ ਲੋਕ ਪਿਛਲੇ 2 ਦਹਾਕਿਆਂ 'ਚ ਆ ਚੁੱਕੇ ਆ। 2006 'ਚ ਅਸੀਂ ਅੰਮ੍ਰਿਤਸਰ ਇੰਟਰਨੈਸ਼ਨਲ ਫੋਕ ਫੈਸਟੀਵਲ ਸ਼ੁਰੂ ਕੀਤਾ ਸੀ ਅਤੇ ਐਤਕੀ ਅਸੀਂ 11ਵਾਂ ਅੰਮ੍ਰਿਤਸਰ ਇੰਟਰਨੈਸ਼ਨਲ ਫੋਕ ਫੈਸਟੀਵਲ ਦਾ ਐਡੀਸ਼ਨ ਕਰਾਇਆ, ਪਰਸੋਂ ਹੀ ਕਰਾ ਕੇ ਹਟੇ ਹਾਂ ਖਾਲਸਾ ਕਾਲਜ ਵੈਟਰਨਰੀ ਸਾਇੰਸਿਸ ਦੇ ਵਿੱਚ, ਔਰ ਬੜਾ ਸ਼ਾਨਦਾਰ ਹੈ। ਉਹ 'ਚ ਖਾਲਸਾ ਕਾਲਜ ਹੈਰੀਟੇਜ ਅਵਾਰਡਸ ਨਾਲ ਸਾਡੇ ਜਿਹੜੇ ਮਾਣ ਮੱਤੇ ਲਿਮਨੀ ਆ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਔਰ 2006 'ਚ
ਉਹ ਸਰਦਾਰ ਰਜਿੰਦਰ ਮੋਹਨ ਸਿੰਘ ਜੀ ਚੀਨਾ ਸਾਡੇ ਬਹੁਤ ਹੀ ਸਤਿਕਾਰਯੋਗ ਆਨਰੇਰੀ ਸੈਕਟਰੀ ਸਾਹਿਬ, ਉਹਨਾਂ ਦੀ ਚੇਅਰਮੈਨਸ਼ਿਪ ਥੱਲੇ, ਉਹਨਾਂ ਦੀ ਸਰਪ੍ਰਸਤੀ ਥੱਲੇ ਇਹ ਅੰਤਰਰਾਸ਼ਟਰੀ ਮੁਕਾਮ ਦਾ ਜਿਹੜਾ ਇਹ ਅੰਤਰਰਾਸ਼ਟਰੀ ਵਿੱਦਿਅਕ ਸੱਭਿਆਚਾਰਕ ਆਦਾਨ ਪ੍ਰਦਾਨ ਹੈ ਜਿਹਦੀ ਬਹੁਤ ਜ਼ਿਆਦਾ ਵਿੱਦਿਅਕ ਜਿਹੜੀ ਅਹਿਮੀਅਤ ਆ, ਸਿਗਨੀਫਿਕੈਂਸ ਆ, ਇੰਪੋਰਟੈਂਸ ਆ ਅਕੈਡਮਿਕ, ਉਹ ਉਹਨਾਂ ਦੇ ਵਿਜ਼ਨ ਨੂੰ ਸਲਾਮ, ਉਹ ਉਹਨਾਂ ਦੇ ਅਸੀਂ ਬਹੁਤ ਰਿਣੀ ਆ ਕਿ ਛੀਨਾ ਸਾਹਿਬ ਦੀ ਇਹ ਐਫਰਟ ਹੈ। ਮੈਂ ਅਤੇ ਦਾਸ ਨੇ ਅਤੇ ਛੀਨਾ ਸਾਹਿਬ ਰਜਿੰਦਰ ਮੋਹਨ ਸਿੰਘ ਜੀ ਛੀਨਾ ਜੀ ਅਸੀਂ ਦੋਵੇਂ ਜਾਣਿਆ ਨੇ 2006 'ਚ ਅੰਮ੍ਰਿਤਸਰ ਇੰਟਰਨੈਸ਼ਨਲ ਫੋਕ ਫੈਸਟੀਵਲ ਸ਼ੁਰੂ ਕੀਤਾ ਸੀ। ਉਦੋਂ ਸਾਡੇ ਕੋਲ ਪੋਲੈਂਡ ਅਤੇ ਬਲਗਾਰੀਆ ਤੋਂ ਡੈਲੀਗੇਸ਼ਨ ਆਇਆ ਸੀ, ਹੁਣ ਸਾਡੇ ਕੋਲ ਫੋਕ ਪਲਿੱਤਰਾ ਡੈਲੀਗੇਸ਼ਨ ਸੋਫੀਆ ਦੀ ਸਿਟੀ ਸੋਫੀਆ ਸਿਟੀ ਤੋਂ ਆਇਆ ਬਲਗਾਰੀਆ ਤੋਂ, ਜਿਨ੍ਹਾਂ ਨੇ ਬਲਗਾਰੀਅਨ ਆਪਣੀਆਂ ਫੋਕਲੋਰਿਕ ਟ੍ਰੈਡੀਸ਼ਨ ਦੇ ਨਾਲ ਇੱਥੋਂ ਦੇ ਬੱਚਿਆਂ ਨੂੰ ਇਹ ਮਨੋਰੰਜਨ ਨਹੀਂ ਕੀਤਾ, ਬੱਚਿਆਂ ਨੂੰ ਵਿੱਦਿਆ ਦਿੱਤੀ ਆਪਣੀ ਵਿਰਾਸਤ ਬਾਰੇ। ਸਾਡਾ ਮਕਸਦ ਮਨੋਰੰਜਨ ਨਹੀਂ, ਸਾਡਾ ਮਕਸਦ ਵਿੱਦਿਆ, ਵਿੱਦਿਆ ਦਾ ਸੰਚਾਰ ਕਰਨਾ ਔਰ ਵੱਖ ਵੱਖ ਸੱਭਿਆਚਾਰਾਂ ਨੂੰ ਇੱਕ ਪਲੈਟਫਾਰਮ 'ਤੇ ਲਿਆਉਣਾ ਅਤੇ ਵਿਸ਼ਵ ਸ਼ਾਂਤੀ ਲਈ, ਬਹੁਤ ਸੱਭਿਆਚਾਰਕ ਵਾਦ ਵਾਸਤੇ, ਮਲਟੀਕਲਚਰਿਜ਼ਮ ਲਈ, ਵਰਲਡ ਹਾਰਮਨੀ ਲਈ, ਪੀਸ ਲਈ, ਕਲਚਰ ਔਫ ਪੀਸ ਲਈ ਸੰਦੇਸ਼ ਦੇਣਾ, ਮੀਡੀਏ ਰਾਹੀਂ, ਟੀ ਵੀ ਚੈਨਲਸ ਰਾਹੀਂ, ਸੋਸ਼ਲ ਸਾਈਟਸ ਰਾਹੀਂ ਦੁਨੀਆ ਦੇ ਕੌਮਾਂ ਨੂੰ ਜਾਗਰੂਕ ਕਰਨਾ ਕਿ ਸਤਿਕਾਰ ਵਿੱਚ, ਆਪਸੀ ਭਾਈਚਾਰਕ ਸਾਂਝ ਵਿੱਚ ਰਹੋ, ਸਿੱਖੋ, ਭਾਈਚਾਰਕ ਸਾਂਝ ਵਿੱਚ ਰਹਿਣਾ, ਸਾਰੇ ਧਰਮਾਂ ਦਾ ਸਤਿਕਾਰ ਕਰਨਾ, ਦੇਸ਼ ਦੇ ਧਰਮਾਂ ਦਾ ਸਤਿਕਾਰ ਕਰਨਾ, ਦੁਨੀਆ ਦੀਆਂ ਵੱਖ ਵੱਖ ਕੌਮਾਂ ਦਾ ਸਤਿਕਾਰ ਕਰਨਾ। ਸਾਡੇ ਸਰਪ੍ਰਸਤਦਾਰ ਭੁਪਿੰਦਰ ਸਿੰਘ ਜੀ ਸਿੱਖ ਹਿਸਟੋਰੀਅਨ, ਉਹ ਅਤੇ ਸਾਡੀ ਟੀਮ ਦੇ ਮੈਂਬਰ ਸਰਦਾਰ ਹਰਪ੍ਰੀਤ ਸਿੰਘ ਜੀ ਭੱਟੀ, ਸਰਦਾਰ ਧਰਮਿੰਦਰ ਸਿੰਘ ਜੀ ਰਟੋਲ, ਸਰਦਾਰ ਨਗਿੰਦਰਪਾਲ ਸਿੰਘ ਜੀ, ਸਰਦਾਰ ਗੁਰਿੰਦਰ ਸਿੰਘ ਜੀ ਮੈਰੋ, ਸਰਦਾਰ ਗੁਰਪ੍ਰੀਤ ਸਿੰਘ ਜੀ ਰਟੋਲ ਬੈਲਜੀਅਮ ਤੋਂ ਆਏ ਨੇ, ਇਹ ਸਾਰਿਆਂ ਦੀ ਸਾਡੀ ਇੱਕ ਜਿਹੜੀ ਟੀਮ ਹੈ ਫੈਸਟੀਵਲ ਟੀਮ ਅਤੇ ਪੰਜਾਬ ਕਲਚਰਲ ਪ੍ਰਮੋਸ਼ਨ ਕੌਂਸਲ ਫੋਕ ਗਰੁੱਪ ਦੀ ਟੀਮ ਅਤੇ ਖਾਲਸਾ ਕਾਲਜ ਦੀ ਵਿਰਾਸਤ ਨੂੰ ਦੁਨੀਆ ਵਿੱਚ ਪ੍ਰਸਾਰ ਕਰਨ ਲਈ ਇੱਕ ਬਣੀ ਹੋਈ ਐਲਮਨੀ ਟੀਮ, ਖਾਲਸਾ ਕਾਲਜ ਅੰਮ੍ਰਿਤਸਰ ਗਲੋਬਲ ਐਲਮਨੀ ਐਸੋਸੀਏਸ਼ਨ, ਸਾਡਾ ਸਾਰਿਆਂ ਦਾ ਸਾਂਝਾ ਤਹੱਈਆ ਹੀ ਇਹ ਆ ਕਿ ਖਾਲਸਾ ਕਾਲਜ ਦੀ ਐਡੀ ਵੱਡੀ ਹਿਸਟੋਰੀਕਲ ਇੰਪੋਰਟੈਂਸ ਹੈ, ਜਿਹਨੂੰ ਮੈਂ ਯੂਨੀਕਲੀ ਫਿਨੋਮੀਨਲ ਕਹਿੰਦਾ ਉਹਨਾਂ ਅੰਗਰੇਜ਼ੀ 'ਚ, ਇਸ ਬਾਰੇ ਵਰਲਡ ਦੇ ਬਿਓਂਡ ਹੋਰੀਜ਼ੋਨ ਅਕਰੋਸ ਦੀ ਬਾਰਡਰ ਦੁਨੀਆ ਦੀਆਂ ਜਿਹੜੀਆਂ ਕੌਮਾਂ ਨੇ ਉਹਨਾਂ ਨੂੰ ਵੱਧ ਤੋਂ ਵੱਧ ਪਤਾ ਲੱਗਣਾ ਚਾਹੀਦਾ ਔਰ ਵੱਧ ਤੋਂ ਵੱਧ ਪਤਾ ਲੱਗ ਰਿਹਾ। ਬਹੁਤ ਸਾਰੀਆਂ ਕੌਮਾਂ ਦੇ ਲੋਕ ਅਗਲੇ ਵਰੇ, ਉਸ ਤੋਂ ਅਗਲੇ ਵਰੇ ਖਾਲਸਾ ਕਾਲਜ ਆ ਰਹੇ, ਹੋਰ ਡੈਲੀਗੇਸ਼ਨ ਆ ਰਹੇ, ਬੜੀਆਂ ਇੰਕੁਆਇਰੀਜ਼ ਕਰ ਰਹੇ ਆ ਔਰ ਇਹ ਬੜੇ ਇੰਪ੍ਰੈਸ ਹੋ ਕੇ ਜਾਂਦੇ ਆ। ਔਰ ਜਦੋਂ ਅਸੀਂ ਅੱਜ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਾਣਾ, ਗੁਰੂ ਸਾਹਿਬ ਨੂੰ ਨਮਸਕਾਰ ਕਰਨਾ ਵਰਲਡ ਪੀਸ ਲਈ, ਉਹਨਾਂ ਤੋਂ ਆਸ਼ੀਰਵਾਦ ਲੈਣ ਲਈ ਅਸੀਂ ਅੱਜ ਗੋਲਡਨ ਟੈਂਪਲ ਜਾਣਾ, ਇਹ ਬੜੇ ਐਕਸਾਈਟਡ ਨੇ ਗੋਲਡਨ ਟੈਂਪਲ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ। ਇਹਨਾਂ ਨੇ ਆਪਣੇ ਪਰਿਵਾਰਾਂ ਲਈ ਅਰਦਾਸ ਕਰਨੀ, ਦੁਨੀਆ ਦੇ ਲੋਕਾਂ ਲਈ ਅਰਦਾਸ ਕਰਨੀ, ਅਸੀਂ ਸਾਰਿਆਂ ਲਈ ਅਰਦਾਸ ਕਰਨੀ ਔਰ ਹਮੇਸ਼ਾ ਹੀ ਕਰਦੇ ਹਾਂ, ਇਹ ਸਾਡਾ ਸਾਨੂੰ ਸਾਰੀ ਸ਼ਕਤੀ ਉੱਥੋਂ ਮਿਲਦੀ ਹੈ। ਇੱਥੇ ਮੈਂ ਇੱਕ ਲਾਸਟ 'ਚ ਗੱਲ ਹੋਰ ਕਹਿਣੀ ਚਾਹੁੰਦਾ ਕਿ ਖਾਲਸਾ ਕਾਲਜ ਦੇ ਇਹ ਜਿਹੜਾ ਬਹੁਤ ਹੀ ਸ਼ਾਨਦਾਰ ਇੱਕ ਸਕੂਲ ਹੈ, ਇਹਦੇ ਅੰਦਰ ਬੱਚੀਆਂ ਦਾ, ਸਾਡੀਆਂ ਪੁੱਤਰੀਆਂ ਦਾ ਸਕੂਲ ਹੈ ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ। ਅੱਜ ਵਿੱਦਿਅਕ ਆਦਾਨ ਪ੍ਰਦਾਨ ਦਾ ਇੱਕ ਸੈਸ਼ਨ, ਇੱਕ ਪ੍ਰੋਗਰਾਮ ਪ੍ਰਿੰਸੀਪਲ ਮੈਡਮ ਪੁਨੀਤ ਜੀ ਦੀ ਅਗਵਾਈ ਵਿੱਚ ਬਹੁਤ ਹੀ ਸੁਚੱਜੇ ਢੰਗ ਨਾਲ ਕਰਵਾਇਆ ਗਿਆ, ਜਿਹਦੇ ਵਿੱਚ ਸਾਡੇ ਬੱਚਿਆਂ ਨੇ ਆਪਦੇ ਵਿਰਾਸਤ ਦੀਆਂ ਪੇਸ਼ਕਾਰੀਆਂ ਕਰਕੇ ਇੰਪ੍ਰੈਸ ਕੀਤਾ, ਇਹਨਾਂ ਨੂੰ ਮੈਸਮਰਾਈਜ਼ ਕੀਤਾ ਔਰ ਇਹਨਾਂ ਨੇ ਵੀ ਆਪਦੀਆਂ ਪੇਸ਼ਕਾਰੀਆਂ ਨਾਲ ਸਾਡੇ ਬੱਚਿਆਂ ਨੂੰ ਮੈਸਮਰਾਈਜ਼ ਕੀਤਾ। ਸਾਡੀ ਵਿਰਾਸਤ ਬਾਰੇ ਇਹ ਜਾਣ ਕੇ ਬੜੇ ਖੁਸ਼ ਹੋਏ, ਇਹਨਾਂ ਦੀ ਵਿਰਾਸਤ ਬਾਰੇ ਜਾਣ ਕੇ ਅਸੀਂ ਸਾਰੇ ਬੜੇ ਖੁਸ਼ ਹੋਏ। ਇਹ ਇੱਕ ਜਿਹੜੀ ਦੁਨੀਆ ਨਾ, ਇੱਕ ਗਲੋਬਲ ਫੋਕ ਵਿਲੇਜ ਬਣ ਚੁੱਕਾ ਔਰ ਇਹ ਫੋਕ ਵਿਲੇਜ ਦੇ ਵਿੱਚ ਜੇ ਸਾਰੇ ਭਾਈਚਾਰੇ ਆਪਸ 'ਚ ਮਿਲਦੇ ਰਹਿਣਗੇ ਤਾਂ ਦੁਨੀਆ ਵਿੱਚ ਸ਼ਾਂਤੀ ਰਹੂਗੀ, ਹਾਰਮਨੀ ਬਣੀ ਰਹੂਗੀ। ਸੋ ਇਸ ਕਰਕੇ ਫੋਕ ਫੈਸਟੀਵਲ ਦੀ ਜਿਹੜੀ ਹਿਸਟੋਰੀਕ ਜਾਂ ਗਲੋਬਲ ਇੰਪੋਰਟੈਂਸ ਆ ਬਹੁਤ ਜ਼ਿਆਦਾ।
ਇੱਥੇ ਮੈਂ ਖਾਸ ਤੌਰ 'ਤੇ ਧੰਨਵਾਦ ਕਰਨਾ ਚਾਹੂੰਗਾ ਮਿਸਟਰ ਅਲੈਗਜ਼ੈਂਡਰ, ਪਲੀਜ਼ ਕਮ ਓਵਰ ਹੇਅਰ ਮਿਸਟਰ ਅਲੈਗਜ਼ੈਂਡਰ ਅਲੈਗਜ਼ੈਂਡਰੋ ਅਲੈਕਸ, ਮੈਨੂੰ ਅੰਗਰੇਜ਼ੀ 'ਚ ਤਾਂ ਬੋਲਣਾ ਪੈ ਰਿਹਾ ਤਾਂ ਕਿ ਥੋੜ੍ਹਾ ਜਿਹਾ ਬਲਗਾਰੀਆਂ ਤੋਂ ਵੀ ਸਮਝ ਲੱਗ ਜੀ। ਹੀ ਕੇਮ ਟੂ ਖਾਲਸਾ ਕਾਲਜ ਕੈਂਪਸ 2008 2008 ਵਿੱਚ। ਹੀ ਇਜ਼ ਕਮਿੰਗ ਟੂ ਖਾਲਸਾ ਕਾਲਜ ਕੈਂਪਸ ਸੈਕਿੰਡ ਟਾਈਮ ਦਿਸ ਈਅਰ 2023। ਤੁਸੀਂ ਦੇਖੋ 15 ਸਾਲ ਦੀ ਤਾਂ ਅਲੈਗਜ਼ੈਂਡਰ ਦੀ ਸਾਂਝ ਆ ਖਾਲਸਾ ਕਾਲਜ ਅੰਮ੍ਰਿਤਸਰ ਨਾਲ ਅਤੇ ਪੰਜਾਬ ਦੇ ਵਿਦਿਆਰਥੀਆਂ ਨਾਲ ਅਤੇ ਸਿੱਖਾਂ ਨਾਲ। ਇਹ ਕਿੱਡੀ ਵਧੀਆ ਮਤਲਬ ਸ਼ਾਨਦਾਰ ਗੱਲ ਹੈ। ਔਰ ਇਹਦੇ ਮਨ ਵਿੱਚ ਕਿੰਨੀ ਰੀਝ ਸੀ, 15 ਵਰਿਆਂ ਤੋਂ ਮੈਨੂੰ ਲਿਖ ਰਿਹਾ ਸੀ ਮੈਂ ਦੁਬਾਰਾ ਆਉਣਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਾਣਾ ਮੱਥਾ ਟੇਕਣਾ। ਅੱਜ ਵੀ ਬਹੁਤ ਖੁਸ਼ ਆ ਜਾ ਰਿਹਾ ਉੱਥੇ। ਔਰ ਮੈਂ ਇਹਨਾਂ ਦਾ ਬੜਾ ਸਪੈਸ਼ਲ ਤੌਰ 'ਤੇ ਧੰਨਵਾਦ ਕਰਦਾ ਕਿ ਇਹਨਾਂ ਦੀ ਐਫਰਟਸ ਦੇ ਨਾਲ ਇਹ ਬਲਗਾਰੀਅਨ ਡੈਲੀਗੇਸ਼ਨ ਆਇਆ। ਹੀ ਇਜ਼ ਵਨ ਆਫ ਦਾ ਲੀਡਿੰਗ ਫੋਕ ਸਿੰਗਰਸ ਆਫ ਨੋਟ ਓਨਲੀ ਆਫ ਬਲਗਾਰੀਆ ਬਟ ਆਫ ਯੂਰਪ, ਮਿਸਟਰ ਅਲੈਗਜ਼ੈਂਡਰ ਅਲੈਕਸ। ਆਈ ਹੋਪ ਹੀ ਇਜ਼ ਫੀਲਿੰਗ ਵੈਰੀ ਵੈਰੀ ਮੱਚ ਗਲੈਡ। ਵੈਰੀ ਵੈਰੀ ਮੱਚ, ਥੈਂਕ ਯੂ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਐਂਡ ਮੈਡਮ ਚਿਪੋਵਾ ਫਰੋਮ ਬਲਗਾਰੀਆ, ਸ਼ੀ ਵੁਡ ਆਲਸੋ ਸੇ ਅ ਫਿਊ ਵਰਡਸ ਅਬਾਊਟ ਹਰ ਐਕਸਪੀਰੀਅੰਸ ਆਫ ਦ ਫੈਸਟੀਵਲ ਐਂਡ ਖਾਲਸਾ ਕਾਲਜ ਸਾਈਟ ਸੀਇੰਗ ਓਵਰ ਹੇਅਰ, ਪਲੀਜ਼। ਹਾਈ, thank you for, first of all I want to thank for invitation to Mr. Davinder. I want to thank to the principals of this beautiful college, Khalsa College, for hosting us here. I want to thank to the whole team, Khalsa College. I want to thank to all the team that are with us all these days, and we feel warm from your and we appreciate everything that you do for us. Thank you for the good very good words, excellent words in media. I want to say behalf my team, our group, that we are feeling very well here. We are feeling that we are among our family. Thank you. We are honored that we are here in this place, this historic for Amrastar place, yes, in this historic college that is so important for every nation, for every culture is important, education. And we are amazed by the buildings, people, the food, the culture, everything that we saw for during these days in our stay here. Thank you. In Amrastar. Thank you. KCGC TV ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਾਡੇ ਆਨਰੀ ਸਕੱਤਰ ਸਾਹਿਬ ਸਰਦਾਰ ਰਜਿੰਦਰ ਮੋਹਨ ਸਿੰਘ ਜੀ ਛੀਨਾ ਨੇ ਕਲਚਰਲ ਐਕਸਚੇਂਜ ਪ੍ਰੋਗਰਾਮ ਸ਼ੁਰੂ ਕੀਤਾ, ਜਿਹਦੇ ਵਿੱਚ ਅਸੀਂ ਵੱਖ ਵੱਖ ਕੰਟਰੀ ਦੇ ਆਰਟਿਸਟ ਨੂੰ ਇਨਵਾਈਟ ਕਰਦੇ ਹਾਂ ਔਰ ਉਹ ਖਾਲਸਾ ਕਾਲਜ ਦੇ ਅਲੱਗ ਅਲੱਗ ਅਦਾਰਿਆਂ ਦੇ ਵਿੱਚ ਆਪਣੀ ਪਰਫੋਰਮੈਂਸ ਦਿੰਦੇ ਨੇ, ਜਿੱਥੋਂ ਸਾਡੇ ਖਾਲਸਾ ਸਕੂਲ ਅਤੇ ਕਾਲਜਿਸ ਦੇ ਬੱਚੇ ਬਹੁਤ ਕੁਝ ਸਿੱਖਦੇ ਨੇ। ਇਹ ਉਹਨਾਂ ਦਾ ਬਹੁਤ ਹੀ ਵਧੀਆ ਉਪਰਾਲਾ ਹੈ। ਜਿਵੇਂ ਕਿ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਇੰਡੀਆ ਵਿੱਚ ਵੀ ਇੱਕ ਕਲਚਰ ਦੀ ਡਾਈਵਰਸਿਟੀ ਹੈ ਐਂਡ ਇੰਡੀਅਨਸ ਉਹਨੂੰ ਬਹੁਤ ਅੱਛੇ ਤਰੀਕੇ ਨਾਲ ਐਮਬਰੇਸ ਕਰਦੇ ਨੇ ਐਂਡ ਲਰਨ ਕਰਦੇ ਨੇ। ਜਿੱਥੇ ਅਸੀਂ ਆਪਣੇ ਅਲੱਗ ਅਲੱਗ ਕਲਚਰਸ ਦਾ ਰਿਸਪੈਕਟ ਕਰਦੇ ਹਾਂ ਔਰ ਸਿੱਖਦੇ ਹਾਂ,
ਇਸ ਤਰ੍ਹਾਂ ਹੀ ਅਸੀਂ ਅੱਜ ਇਹਨਾਂ ਦੇ ਕਲਚਰ ਨੂੰ ਵੀ ਦੇਖਿਆ ਹੈ ਅਤੇ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਇਹ ਇੱਕ ਸੁਨੇਹਾ ਹੈ, ਜਦੋਂ ਅਸੀਂ ਇਹਨਾਂ ਨਾਲ ਕਲਚਰਲ ਐਕਸਚੇਂਜ ਕਰਦੇ ਹਾਂ ਤਾਂ ਇੱਕ ਸੁਨੇਹਾ ਹੈ ਕਿ ਫਨਨੈਸ ਦਾ ਮੈਸੇਜ ਹੈ, ਵੀ ਆਲ ਆਰ ਅਲਾਈਕ ਐਟ ਸਮ ਪਲੈਟਫਾਰਮ ਐਂਡ ਵੀ ਆਰ ਡਿਫਰੈਂਟ ਐਟ ਅਨਦਰ ਪਲੈਟਫਾਰਮ। ਅਤੇ ਮੈਂ ਇਸੇ ਸੁਨੇਹੇ ਦੇ ਨਾਲ ਹੀ ਇਹਨਾਂ ਨੂੰ ਜਿੱਥੇ ਬਹੁਤ ਥੈਂਕ ਯੂ ਕਹਿੰਦੀ ਹਾਂ ਕਿ ਸਾਡੇ ਸਕੂਲ ਵਿੱਚ ਆਏ ਨੇ ਔਰ ਬੱਚਿਆਂ ਨੇ ਬਹੁਤ ਕੁਛ ਲਰਨ ਕੀਤਾ। ਥੈਂਕ ਯੂ ਸੋ ਮਚ।